कोई फीस नहीं, अपनी सेव ही कर रहे हैं। एक बार यार्ड दे विच आपां पावांगे उरे किन्नी कैमरा मार ला जी, जिहदी यार्ड दुखदी आ एक बार दवाई पाउण नाल मुड़ के कदे जिंदगी दे विच यार्ड नहीं दिखूगी। तकलीफ हो जे कदे भी ठीक है। हाँ जी दोस्तों, ये वीर एक दवाई लेके आया है जाड़ दुखन की, फ्री दवाई दिंदा गा, लग करो वीर तो नोट। हाँ जी बीजी, बीजी सत श्रीकाल। सत श्रीकाल जी, सत श्रीकाल। केड़ा पिंड है जी? मेरा पिंड भाई रामगढ़ संधू आ। हाँ जी, जिला संगरूर जी। ठीक है जी। आपा भाई जी तीन पीढ़ियां हो गई आपा देसी दवाई घर तैयार करते हैं। ठीक है जी। पहला मेरे बाबा जी, तो फिर मेरे बापू जी, तो हूँ समझ मैं दवाई दिना। हाँ जी। ਆਪਾਂ ਨੰਬਰ ਇੱਕ ਪਹਿਲਾਂ ਤਾਂ ਦਿੰਦੇ ਹਾਂ ਯਾਰਡ ਦੀ ਦਵਾਈ ਜੀ। ਓਕੇ ਜੀ। ਇੱਕ ਵਾਰੀ ਯਾਰਡ ਦੇ ਵਿੱਚ ਆਪਾਂ ਪਾਵਾਂਗੇ ਉਰੇ ਕਿੰਨੀ ਕੈਮਰਾ ਮਾਰ ਲਾ ਜੀ, ਜਿਹਦੀ ਯਾਰਡ ਦੁਖਦੀ ਆ। ਹਾਂਜੀ। ਇੱਕ ਵਾਰੀ ਦਵਾਈ ਪਾਉਣ ਨਾਲ ਮੁੜ ਕੇ ਕਦੇ ਜ਼ਿੰਦਗੀ ਦੇ ਵਿੱਚ ਯਾਰਡ ਨਹੀਂ ਦਿਖੂਗੀ। ਠੀਕ ਹੈ ਜੀ। ਕੋਈ ਫੀਸ ਨਹੀਂ, ਆਪਣੀ ਸੇਵ ਹੀ ਕਰ ਰਹੇ ਹਾਂ। ਠੀਕ ਹੈ ਜੀ। ਅਤੇ ਜੀ ਇੱਕ ਕਿਸੇ ਦਾ ਕਿੰਨਾ ਸਿਰ ਦੁਖਦਾ ਹੋਵੇ, ਓਕੇ ਜੀ, ਉਹਦੀ ਵੀ ਆਪਾਂ ਇੱਕ ਵਾਰੀ ਦਵਾਈ ਦੇਵਾਂਗੇ, ਮੁੜ ਕੇ ਕਦੇ ਜ਼ਿੰਦਗੀ ਦੇ ਵਿੱਚ ਸਿਰ ਨਹੀਂ ਦਿਖੂਗਾ। ਠੀਕ ਹੈ ਜੀ। ਇੱਕ ਵੀਰੇ ਉੱਲੂ ਉੱਠਦੀ ਹੁੰਦੀ ਆ ਇੱਥੇ, ਉੱਲਾਂ ਦਾ ਆਪਣੇ ਲਵੇ ਪੱਕਾ ਤਜਰਬਾ, ਇੱਕ ਵਾਰੀ ਇਹ ਦਵਾਈ ਲਾਵਾਂਗੇ ਇੱਥੇ ਉੱਲੂ ਉੱਠਦੀ ਆ, ਅੱਖ ਦੇ ਵਿੱਚ ਚੀਜ਼ ਪੈਂਦੀ ਆ, ਅੱਖ ਦੇ ਵਿੱਚ ਚੀਜ਼ ਪੈਂਦੀ ਆ, ਅੱਖ ਦੀ ਨਿਗਾਹ ਵੀ ਵਗ ਜਾਂਦੀ ਆ ਬਾਈ। ਆਪਾਂ ਇੱਕ ਵਾਰੀ ਦਵਾਈ ਲਾ ਕੇ ਜ਼ਿੰਦਗੀ 'ਚ ਮੁੜ ਕੇ ਉੱਲੂ ਨਹੀਂ ਉੱਠੂਗੀ। ਇੱਕ ਗਿਲਟੀ ਹੋ ਜਾਂਦੀ ਆ ਇੱਥੇ ਮੇਰੀ ਮਾਤਾ ਭੈਣ ਦੇ ਦੁੱਧੀ ਦੇ ਵਿੱਚ, ਚਾਹੇ ਪੀ ਜੀ ਆਈ 'ਚੋਂ ਵੀ ਕਿਸੇ ਯਾਰ ਮੁੜ ਕੇ ਆਇਆ ਹੋਵੇ, ਆਪਾਂ ਠੀਕ ਕਰਾਂਗੇ, ਆਪਾਂ ਇਹ ਲਿਖ ਕੇ ਦਿੰਦੇ ਹਾਂ ਗਰੰਟੀ ਨਾਲ, ਉਹਦੇ ਕੱਟ ਨਾ ਲੱਗਿਆ ਹੋਵੇ। ਠੀਕ ਹੈ। ਕਿ ਚਾਹੇ ਯਾਰ ਦੁੱਧੀ ਦੇ ਵਿੱਚ ਸੁੰਡ ਵੀ ਪੈ ਰਹੇ ਨੇ ਵੀਰੇ, ਮੇਰੇ ਨਾਲ ਕਨੈਕਟ ਕਰੇ ਬੰਦਾ, ਮੈਂ ਦਵਾਈ ਦਿੰਦਾ। ਪਿੰਡ ਰਾਮਗੜ੍ਹ ਸੰਧੂ ਆ, ਜ਼ਿਲ੍ਹਾ ਸੰਗਰੂਰ ਆ। ਆਪਣਾ ਫੋਨ ਨੰਬਰ 98764-0931। ਇੱਕ ਵਾਰੀ ਮੈਨੂੰ ਮਿਲੇ ਬੰਦਾ, ਜਿਹੜੇ ਮੈਂ ਤੁਹਾਨੂੰ ਨੁਕਤੇ ਦੱਸੇ ਨੇਗੇ ਆਪਣੇ ਲਵੇ ਪੱਕੀ ਤਜਰਬੇ ਨੇ ਬਾਈ। ਨੰਬਰ ਦੁਬਾਰਾ ਬੋਲ ਦਿਓ ਵੀਰ ਜੀ। ਨੰਬਰ ਜੀ ਆਪਣਾ 98764-0931 ਜੀ। ਪਿੰਡ ਰਾਮਗੜ੍ਹ ਸੰਧੂ ਆ ਜੀ, ਜ਼ਿਲ੍ਹਾ ਸੰਗਰੂਰ ਜੀ। ਹਾਂਜੀ, ਕੋਈ ਮਰਜ਼ੀ ਮੇਰਾ ਵੀਰ ਆ, ਇੱਕ ਵਾਰੀ ਆਓ ਇੱਥੇ ਵੀ ਆਓ, ਇਹ ਜਾੜ ਦੀ ਦਵਾਈ ਸਿਰ ਦੀ ਮੇਰੇ ਨਾਲ ਆ, ਕੋਈ ਪੈਸਾ ਨਹੀਂ, ਫ੍ਰੀ ਦੇਵਾਂਗੇ ਜੀ ਆਪਾਂ। ਦੋਸਤੋ, ਮੇਰੇ ਮਿੱਤਰ ਪਿਆਰੇ ਦੋ ਆਏ ਨੇਗੇ, ਆਪਾਂ ਇਸ ਵੀਰ ਤੋਂ ਦਵਾਈ ਪਵਾ ਕੇ ਦੇਖਦੇ ਹਾਂ ਕੀ ਫਰਕ ਪੈਂਦਾ ਜਾਂ ਨਹੀਂ ਪੈਂਦਾ। ਆਪਣੀ ਬੱਕਰੀ ਹੱਕ ਲਿਆ। ਹਾਂਜੀ ਵੀਰ, ਪੂਰਾ ਫਰਕ ਪਊਗਾ ਬਾਈ, ਆਪਾਂ ਹੁਣ ਤੁਹਾਡੇ ਸਾਹਮਣੇ ਦੇਖੋ, ਹੁਣੇ ਦਵਾਈ ਪਾਵਾਂਗੇ, ਨਾ ਤਾਂ ਬਾਈ ਨੂੰ ਤੱਤਾ ਠੰਡਾ ਲੱਗੂਗਾ, ਨਾ ਕਦੇ ਜ਼ਿੰਦਗੀ ਦੇ ਵਿੱਚ ਇਹਦੀ ਯਾਦ ਦਿਖੂਗੀ। ਹਾਂਜੀ, ਹਾਂ ਬਸ ਦਵਾਈ ਪਾਉਂਦੇ ਜੀ, ਮੁੰਡਾ ਗੱਡੀ 'ਚੋਂ ਲੈਣ ਗਿਆ ਦਵਾਈ, ਦੋ ਮਿੰਟਾਂ ਦੇ ਵਿੱਚ ਹੁਣੇ ਪਾਉਂਦੇ ਜੀ। ਹਾਂਜੀ, ਹੁਣੇ ਪਾ ਮੈਂ ਕਹਿੰਦਾ। ਹਾਂਜੀ, ਨਾ 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 ਨਾ, ਆਪਾਂ ਕੋਈ ਫ੍ਰੀ ਸੇਵਾ ਕਰਦੇ ਮੇਰੇ, ਕੋਈ ਸੀਸੀ ਤਾਂ ਵੀਰੇ ਪਤਾ ਗੱਲ ਕੀ ਆ, ਦਵਾਈ ਪਾ ਸਕਦੇ ਹਾਂ, ਦੇਖ ਸੀਸੀ ਪਾਉਣ ਨੂੰ ਉਹਦਾ ਇੱਕ ਤੁੱਕਾ ਹੀ ਵਾਧੂ ਆ, ਕਾਹਤੇ ਲਿਆ ਮੈਂ ਤੁੱਕਾ, ਸੀਸੀ ਲਿਆ ਛੁੱਟੀ ਜੀ ਕੋਈ। ਹਾਂ ਜੀ, ਥੋੜ੍ਹੀ ਜਿਹੀ ਹੈ ਬਾਬੇ, ਇੱਕੇ ਤੁੱਕਾ ਪੈ ਗਿਆ, ਮੁੜ ਕੇ ਜ਼ਿੰਦਗੀ 'ਚ ਦੁਖਣੀ ਨਹੀਂ ਯਾਰ ਕਦੇ ਵੀ। ਰਤਨੌਲੇ ਸਰਕਾਰੀ ਹਸਪਤਾਲ 'ਚ ਗਿਆ ਸੀ, ਚਲੋ ਦੇਖਦੇ ਆ ਵੀਰੇ, ਆਪਾਂ ਵੀਰ ਤੋਂ ਦਵਾਈ ਪਵਾ ਕੇ ਵੀ ਉਹ ਕਿੰਨਾ ਕੁ ਅਸਰ ਕਰਦੀ ਆ, ਤੇ ਵੀਰ ਦਾਵਾ ਕਰ ਰਹੇ ਨੇ ਵੀ ਚੀਜ਼ ਵੀ ਨਹੀਂ ਪੈਂਦੀ, ਚਾਰ ਪੰਜ ਨੁਕਤਿਆਂ ਦੀ ਦਵਾਈ ਹੈਗੀ। ਦੁੱਧੀ ਦੇ ਵਿੱਚ ਚਾਹੇ ਸੁੰਡ ਵੀ ਪੈ ਰਹੇ ਨੇ ਯਾਰ, ਆਪਣੇ ਲਵੇ ਪ੍ਰੋਪਰ ਪੱਕੀ ਲਾਜ ਆ, ਕੱਟ ਨਾ ਲੱਗਿਆ ਹੋਵੇ, ਸਾਰਾ ਪੱਲਾ ਆਪਣੇ ਲਵੇ ਪੱਕਾ। ਲੈ ਬਾਈ, ਕਿਹੜੀ ਜੜ ਦੁਖਦੀ ਆ? ਲੈ ਬਈ, ਤੇਰੀ ਜਾੜ ਕਦੇ ਵੀ ਨਹੀਂ ਦੁਖਣੀ ਹੁਣ ਅੱਜ ਤੋਂ ਬਾਅਦ। ਹਾਂ, 10 ਮਿੰਟਾਂ ਨੂੰ ਜਿਹੜੀ ਚੀਜ਼ ਨਾਲ ਤੇਰੀ ਜਾੜ ਦੁਖਦੀ ਆ ਉਹੀ ਖਾ ਲਈ, ਜੇ ਦੁਖਗੀ ਤੈਨੂੰ 10,000 ਰੁਪਇਆ ਦੇਊਂਗਾ, ਲੈਂਦਾ 1 ਰੁਪਇਆ ਨਹੀਂ। ਇੱਧਰ ਵੀ ਪਾ ਲਓ, ਦੁਖਦੀ ਆ ਫੜ ਕੇ ਰੱਖ, ਕੋਈ ਨੀ ਕੋਈ ਨੀ।
ਬੜਾ ਔਖਾ। ਇੱਕ ਮਸੂੜੇ ਸੁੱਤੇ ਹੋਏ ਨੇ ਜਿਵੇਂ ਇਹਦੀ ਤਾਂ ਦਵਾਈ ਹੈਗੀ? ਨਾ ਇਹਦੀ ਨਹੀਂ। ਜਾੜ 'ਚ ਦਰਦ ਹੁੰਦਾ ਹੋਵੇ ਫੁੱਲ ਛਾਲਾ ਜਿਹਾ ਹੋਇਆ ਹੋਇਆ ਨਾਲ ਦਰਦ ਦੁਖਦਿਆ ਯਾਰ। ਕੋਈ ਨਹੀਂ ਦੇਖ ਲੈਣੇ, ਇੱਕ ਮਿੰਟ ਖੋਲ ਮੂੰਹ ਬਾਈ ਛੱਡ ਦੇ ਛੱਡ ਦੇ, ਤਾਂ ਜਮੀ ਖਾ ਰੱਖੀ ਆ ਮਿੱਤਰਾ। ਆਪ ਤਿਆਰ ਕਰਦੇ ਹਾਂ ਬਾਈ, ਸਾਨੂੰ ਤਿੰਨ ਤੀਜੀ ਪੀੜ੍ਹੀ ਹੋ ਗਈ ਬਾਈ। ਉੱਲ ਕਿਸੇ ਦੇ ਉੱਠਦੀ ਹੋਵੇ, ਗਿਲਟੀ ਹੁੰਦੀ ਹੋਵੇ, ਹਾਂ ਦੁੱਧੀ 'ਚ ਚਾਹੇ ਯਾਰ ਸੁੰਡ ਵੀ ਪੈ ਰਹੇ ਨੇ ਆਪਣੇ ਲਵੇ ਮਰੀਜ਼ ਲੈ ਕੇ ਆ ਜੀ ਰਾਮਗੜ੍ਹ ਸੰਧੂਆਂ ਜੀ। ਹਾਂ ਲਹਿਰੇ ਗਾਗੇ ਲਵੇ, ਖੜਾ ਹੋ ਜਾਓ ਵੀਰੇ, ਖੜਾ ਹੋ ਜੀ। ਜਿਹੜੀ ਬਾਪੂ ਆ ਥਲਾਮੜ ਆ ਉੱਪਰਲੀ ਆ, ਥਲੜੀ ਵੀ ਖਰਾਬ ਹੋ ਰਹੀ ਆ, ਖੁੱਲੀ ਆ ਵੀ ਖਰਾਬ ਹੋ ਰਹੀ ਆ। ਹਾਂ ਇੱਕ ਤਾਂ ਉਰੇ ਆ ਜੀ ਮੇਰੇ ਕੋਲੇ, ਇੱਕ ਉਹਨਾਂ ਹੋਰ ਬਾਈਆਂ ਕੋਲੇ ਆ। ਹਾਂਜੀ ਹਾਂਜੀ ਫਾਰਮੂਲਾ ਨਹੀਂ ਦੱਸਣਾ ਹਨਾ? ਕਾਹਦਾ ਵੀਰੇ? ਇਹਦਾ ਇਹਦਾ ਬਾਈ ਫਾਰਮੂਲਾ ਤਾਂ ਨਹੀਂ ਦੱਸਣਾ। ਹੁਣ ਮੈਂ ਤਾਂ ਕਰਦਾ ਫ੍ਰੀ ਸੇਵਾ, ਲੋਕ ਰੁਪਈਏ ਚਾਹੇ ਮੈਂ 500 ਕਹਿੰਦਾ 500 ਵੀ ਦੇਊਗਾ। ਆਪਾਂ ਤਾਂ ਨਹੀਂ ਦੱਸਣਾ ਵੀਰੇ, ਇਹ ਜਦੋਂ ਨਾਲ ਦੀਆਂ ਲਾਸ ਬਸ ਫੇਰ ਦੁਬਾਰਾ ਹੀ ਲੋੜ ਪੈਂਦੀ ਨਾ? ਕਦੇ ਵੀ ਨਹੀਂ ਲੋੜ ਪੈਂਦੀ, ਕਦੇ ਵੀ ਨਹੀਂ ਪੈਂਦੀ, ਮਤਲਬੇ ਨਹੀਂ ਜੇ ਕਦੇ ਜੋ ਤੈਨੂੰ ਤਾਂ ਹੀ ਕਹਿਣਾ ਵੀ ਕਦੇ ਵੀ ਲੋੜ ਨਹੀਂ ਪੈਂਦੀ। ਹਾਂ ਇੱਥੇ ਆ ਪਹਿਲਾਂ ਤਾਂ ਦੁਖਦੀ, ਫਿਰ ਹੌਲੀ ਹੌਲੀ ਸ਼ਾਂਤਾ ਜੀ ਉਹ ਕਰਨਾ। ਤੂੰ ਤਾਂ ਲਾਸ ਮਿੰਟ ਲਾ ਮਿੰਟ ਕਰ ਦਓ ਜੀ। ਕਿਹੜੀ ਆ ਬਾਈ? ਆਹੀ ਥੱਲੇ ਵਾਲੀ ਲੱਗਦੀ ਹੈ, ਮੈਨੂੰ ਤਾਂ ਦੋਨੇ ਹੀ ਲੱਗਦੀ ਨੇ ਕਦੇ ਦੇਖਿਆ ਰਹਾ ਹਾਂ। ਇੱਕ ਮਿੰਟ ਇੱਥੇ ਰੱਖੀ ਆ, ਡਾਟੇ 'ਚ ਹੋਰ ਪਾ ਥੋੜ੍ਹੀ ਜੀ। ਜਿਹੜੇ ਬੰਦਿਆਂ ਨੇ ਦਵਾਈ ਪਾਈ ਆ ਬੁਲਾ ਲਓ ਸਾਰਿਆਂ ਨੂੰ, ਜੇ ਉਦੋਂ ਬਾਅਦ ਜਿਹੜੀ ਮਰਜ਼ੀ ਚੀਜ਼ ਖਵਾ ਦੇ ਯਾਰ, ਜੇ ਜਾੜ ਤੋਂ ਹੋ ਗਈ ਆਪਾਂ ਬੈਠੇ। ਜਾੜ ਦੀ ਆ ਵੀਰੇ, ਜਾੜ ਦੀ ਮੂੰਹ ਵਿੱਚ ਲਾ ਬਾਈ। ਹੁਣ ਲਿਆ ਹਾਲੀ ਕਿਹੜਾ ਦੇਖਾ ਬਾਈ? ਅੱਛਾ ਇਹਦਾ ਛਾਲਾ ਹੋ ਰਿਹਾ, ਪਹਿਲਾਂ ਦੁਖਦੀ ਸੀ ਪਰ ਛਾਲਾ ਜਿਹਾ ਹੋ ਗਿਆ। ਇਹਦਾ ਤਾਂ ਨੀ ਯਾਰ, ਪਾ ਤਾਂ ਦਿੰਦਾ ਵਾ ਪਰ ਤੂੰ ਕਹੇ ਹਟਿਆ ਨੀ ਯਾਰ, ਇਹਦਾ ਤੇਰੇ ਹਾਂ ਕਿਉਂ ਤੂੰ ਫਿਰ ਮੈਨੂੰ ਕਹੇਗਾ ਬਾਈ ਮੇਰਾ ਤਾਂ ਹਟਿਆ ਨੀਗਾ? ਜਿਹੜੀ ਚੀਜ਼ ਦਾ ਆਪਾਂ ਨੇ ਲੈ ਪਾ ਤਾਂ ਦੇਣਾ ਉਹਨਾਂ ਕੋਲ ਮਿਲ ਗਿਆ। ਆਹ ਜਿਹੜੀਆਂ ਤੇਰੀਆਂ ਜੜ੍ਹਾਂ ਦੀ ਦਵਾਈ ਲਾਤੀ ਆਪਾਂ ਨੇ, ਇਹਨਾਂ ਨੂੰ ਲੱਗੂ ਨੀ ਕੀੜਾ। ਹਾਂ ਲੈ ਬਾਈ ਹੁਣ ਨੀ ਟੁੱਟੂਗੀ ਜਿਹੜੀ ਤੇ ਦਵਾਈ ਲੱਗ ਗਈ ਆਪਣੀ। ਮੇਰੇ ਦੰਦ ਵੀ ਕਈ ਉੱਤੋਂ ਜੇ ਟੁੱਟ ਗਏ ਖਾਧੇ ਜੇ। ਕਿਰਪਾ ਮਹਾਰਾਜ ਦੀ। ਲੈ ਵੀ ਲੈਣੇ ਦਾ ਰਾ ਬਸ ਮੂੰਹ ਵਿੱਚ ਲਾ ਹੁਣ, ਆ ਪਾਣੀ ਜਾ ਬਾਹਰ ਕੱਢ ਦੀ, 10 ਮਿੰਟ ਰੱਖ ਲਾ ਫੋਹਾ। ਹੋਰ ਬਾਈ ਮੇਰੇ ਲਾ ਦੇ ਬਾਈ ਯਾਰ, ਲਾ ਦਿੰਦੇ ਫੜੀ ਬਾਈ। ਦੋ ਬਸ ਕਿਹੜੀ ਜਾੜਾ ਤੇਰੀ? ਦੋ ਨੇ ਦੇਖ, ਬਹੁਤ ਜਮੀ ਖਤਮ ਹੋਈ, ਜਮੀ ਖਤਮ ਨਹੀਂ, ਤਿੰਨ ਖਤਮ ਨੇ। ਆ ਵੀ ਇੱਕ ਇੱਧਰ ਉਹ ਵੀ ਯਾਰ, ਜਦੋਂ ਤਾਰਾ ਜੀ ਨਹੀਂ ਹੋਇਆ ਬਾਈ, ਮਾੜਾ ਜਿਹਾ ਇਹ ਨਾਲ ਜੇ ਹੋ ਜਾਵੇ।
ਪਾ ਦੇਣੇ ਬਾਈ ਪਾ ਤਕਲੀਫ ਕਿੰਨੀ ਕਾ ਬਾਈ ਵੀ ਤਾਂ ਥੋੜੀ ਘੱਟ ਕਿਤੇ ਕਿਤੇ ਵਾਜੇ ਨੇ ਕਿਤੇ ਕਿਤੇ ਘੱਟ ਹਾਂ ਹੀ ਹੈ ਕਦੇ ਹਾਂ ਹੋਰ ਬਾਈ ਤੇ ਜੜ ਦੁਖਦੀ ਹੈ ਕਿਸੇ ਨਾਲ ਦੇ ਪਾਓ ਜੀ ਨਾ ਕਦੇ ਵੀ ਅੱਛਾ ਹਾਂ ਇੱਕੇ ਪੂਰੀ ਆ ਗਿਆ ਜੀ ਨਾਲ ਬਾਈ ਤੋਂ ਪੁੱਛੋ ਹਾਂ ਬਾਈ ਮੱਝਾਂ ਕਾ 30,000 ਜਮੀ ਹਟ ਗਈ ਪਹਿਲਾਂ ਪੈਂਦੀ ਸੀ ਮਿੱਠੀ ਮਿੱਠੀ ਐਵੇਂ ਕਹਦੀ ਹੈ ਜੇ 4,000 ਤੂੰ ਬਾਈ ਜਮੀ ਹਟ ਗਈ ਬਾਈ ਤੂੰ ਚਾਹੇ ਗੰਨਾ ਚੂਪ ਲੈ ਯਾਰ ਗੰਨਾ ਨਾ ਬਸ ਚੱਬ ਦੇ ਹਾਂ ਪਹਿਲਾਂ ਚੱਬੇ ਨਹੀਂ ਹੁੰਦੇ ਕਿ ਤੂੰ ਗੰਨਾ ਚੂਪ ਲੈ ਜੇ ਯਾਰ ਤੈਨੂੰ 10,000 ਰੁਪਇਆ ਦੇਉਂ ਤੈਥੋਂ ਲਿਆ ਕੁਛ ਤਾਂ ਨਹੀਂ ਨਾ ਤੈਨੂੰ ਦੱਸ ਦੇਊਂਗਾ ਜੇ ਯਾਰ ਜੇ ਤੇਰੀ ਤਕਲੀਫ ਹੋ ਜੇ ਕਦੇ ਵੀ ਬਾ ਠੀਕ ਹੈ ਬਾਈ ਬਾਈ ਜੀ ਕਿੰਨੇ ਕੁ ਮਿੰਟ ਹੋਏ ਹੋਣਗੇ ਸਾਰੇ ਮੈਨੂੰ ਲੱਗਦਾ 5 ਮਿੰਟ ਹੋਏ ਨਹੀਂ ਬਾਈ ਠੀਕ ਹੈ ਗੱਲ ਹੁਣ ਕੁੱਲ ਬਾਈ ਇਹ ਆਪਣਾ ਪ੍ਰੋਪਰ ਪੱਕੀ ਇਲਾਜ ਆਪਣੇ ਲਈ ਜਿੰਨੀਆਂ ਮੈਂ ਬਿਮਾਰੀਆਂ ਦੱਸੀ ਜਾਣਾ ਬਾਈ ਤੁਹਾਨੂੰ ਬਿਮਾਰੀਆਂ ਦੱਸੋ ਜੀ ਕਿਹੜੇ ਕਿਹੜੇ ਦਾ ਮਤਲਬ ਜੀ ਤੁਸੀਂ ਇੱਕ ਦਾ ਕਾਲਜ ਲੈ ਲਓ ਬਾਈ ਹਾਂਜੀ ਵੀਰ ਜੀ ਬੁੜੀ ਦੀ ਉਹਨੂੰ ਦੇਣੀ ਵੀਰ ਜੀ ਬੇਬੇ ਪੁੜੀਆਂ ਸਾਰੀਆਂ ਦੋ ਰਹਿ ਗਈਆਂ ਅਗਲੀ ਵਾਰੀ ਲਿਆਵਾਂਗੇ ਉਦੋਂ ਦੇ ਦਾਂਗੇ ਕੋਈ ਗੱਲ ਨਹੀਂ ਵੀਰ ਜੀ ਇਹ ਨੁਕਤਾ ਤੁਸੀਂ ਸ਼ੇਅਰ ਕਰ ਸਕਦੇ ਹੋ ਜੀ ਹਾਂਜੀ ਬਾਈ ਇਹ ਨੁਕਤਾ ਸ਼ੇਅਰ ਕਰ ਸਕਦੇ ਹੋ ਦਵਾਈਆਂ ਦਾ ਬਾਈ ਪਤਾ ਕੀ ਗੱਲ ਆ ਦੇਖੋ ਸ਼ੇਅਰ ਤਾਂ ਨਹੀਂ ਕਰਦਾ ਮੈਂ ਠੀਕ ਹੈ ਜੀ ਹੁਣ ਇਹਦੇ ਤੋਂ ਚਾਹੇ ਮੈਂ ਇੱਥੇ ਸੁਣ ਦੇ ਸਾਹਮਣੇ 5-7,000 ਰੁਪਏ ਬਣਾ ਕੇ ਲੈ ਜਾਂਦਾ ਠੀਕ ਹੈ ਜੀ ਆਪਾਂ ਇੰਨੀ ਗਾਰੰਟੀ ਦੇ ਰਹੇ ਹਾਂ ਫੁੱਲ ਮੁਫਤ ਸੇਵਾ ਕਰ ਰਹੇ ਹਾਂ ਵੀ ਜੇ ਕਿਸੇ ਦੀ ਨਾ ਹਟੀ ਹੋਵੇ ਮੈਥੋਂ 10,000 ਲੈ ਜਾਓ ਕੋਈ ਪੈਸਾ ਤਾਂ ਨਹੀਂ ਲਿਆ ਤੇਰੇ ਸਾਹਮਣੇ ਵੀ ਅਗਲਾ ਬੰਦਾ ਪੈਸੇ ਬਣਾਉਣ ਲੱਗ ਜੂ ਤੇ ਦੱਸ ਆਪਾਂ ਨੁਕਤਾ ਵੀ ਦਈਏ ਹੈਂ ਅਗਲੇ ਪੈਸੇ ਲੈਣਗੇ ਚਾਹੇ ਯਾਰ ਤੂੰ 400-500 ਰੁਪਏ ਇੱਕ ਬੰਦੇ ਤੋਂ ਲਈ ਜਾ ਦੇਈ ਜਾਣਗੇ ਜਾਣਗੇ ਬਈ ਦੁੱਖ ਦਾ ਮਾਰਾ ਹਾਂ ਪਰ ਗੱਲ ਇਹ ਹੈ ਬਾਈ ਮੈਂ ਤਾਂ ਨਹੀਂ ਨੁਕਤਾ ਦੱਸਦਾ ਜੀ ਜਾਣ ਵੀ ਆ ਜੀ ਤਾਂ ਫਿਰ ਪੈਸੇ ਵੀ ਦੇਣ ਨੂੰ ਤਿਆਰ ਆ ਜੀ ਪੈਸੇ ਦੇਣ ਨੂੰ ਤਿਆਰ ਨੇ ਬਾਈ ਪੈਸਿਆਂ ਦੀ ਕਿੱਡੀ ਗੱਲ ਹੈ ਹੈਂ ਨਹੀਂ ਆਈ ਨਹੀਂ ਜੀ ਗੱਲ ਨਹੀਂ ਸੁੱਤੇ ਗੱਲ ਕਰਦੇ ਹਾਂ ਪਰ ਆਪਾਂ ਨੇ ਪਹਿਲੇ ਦਿਨ ਤੀ ਇਹ ਆ ਵੀ ਅਸੀਂ ਪਹਿਲਾਂ ਮੇਰੇ ਬਜ਼ੁਰਗ ਨੇ ਕਿਸੇ ਨੇ ਪੈਸਾ ਲਈ ਨਹੀਂ ਦਵਾਈ ਦਾ ਅਸੀਂ ਤਾਂ ਸੇਵ ਹੀ ਕਰਦੇ ਹਾਂ ਤਾਂ ਨਹੀਂ ਸ਼ੇਅਰ ਕਰਦੇ ਆਪਾਂ ਬਾਈ ਜੜਾਂ ਹੀ ਬਤਾ